लोक इंसाफी के प्रमुख एवं विधायक सिमरजीत सिंह बैंस ने एसआईटी मामले में पंजाब की कांग्रेस सरकार पर अकाली दल को बचाने के षड्यंत्र रचने का आरोप लगाया है। बैंस ने कहा कि एसआईटी सरकार की एक पट्टू की तरह काम कर रही है जो वास्तव में बादल परिवार को बचाना चाहती है ताकि अगली बार अकाली दल राज्य में सत्ता में आ सके। वहीं बॉलीवुड अभिनेता अक्षय कुमार को एसआईटी की ओर से पूछताछ के लिए बुलाने पर उन्होंने आंखों में धूल झोंकने का नाम देते हुए कहा कि अक्षय मात्र इस कहानी के एक किरदार हैं, असली खेल तो लोगों का बादल परिवार से ध्यान बटाने की कोशिश है। उन्होंने कहा कि पंजाब सरकार की सच्चाई अब लोगों के सामने आ चुकी है। जागृति लहर के लिए लुधियाना से सुरिंदर रोड़ा सोनी। ਜੋਰ ਕੋਤਵਾਲ ਕੋ ਡਾਂਟੇ ਸੁਖਵੀਰ ਬਾਦਲ ਉਸ ਐਸ ਆਈ ਟੀ ਤੋਂ ਬਾਹਰ ਆ ਕੇ ਪ੍ਰੈਸ ਨੂੰ ਕਹਿੰਦਾ ਕਹਿੰਦਾ ਮੈਂ ਪੰਜ ਸਵਾਲ ਕਹਿੰਦਾ ਮੈਂ ਹੀ ਕਰਤੇ ਉਹਨਾਂ ਨੂੰ ਦਿਓ ਕਹਿੰਦਾ ਜਵਾਬ ਇਹਨਾਂ ਦਾ ਮੈਨੂੰ ਇਹ ਕਦੇ ਇੱਦਾਂ ਹੋਇਆ ਮੈਂ ਤਾਂ ਅੱਜ ਤੱਕ ਦੇਖਿਆ ਨੀਗਾ ਜਿਹੜਾ ਦੋਸ਼ੀ ਹੋਵੇ ਐਸ ਆਈ ਟੀ ਦੇ ਅਫਸਰ ਉਹਦੇ ਘਰੇ ਫਾਈਲਾਂ ਚੱਕੀ ਤੁਰੇ ਫਿਰਦੇ ਹੋਣ ਇਹ ਅਸਲ ਦੇ ਵਿੱਚ ਕੈਪਟਨ ਅਮਰਿੰਦਰ ਅਤੇ ਬਾਦਲ ਦੋਨੋਂ ਪਰਿਵਾਰਾਂ ਦੀ ਜਿਹੜੀ ਗੁਪਤ ਸੰਧੀ ਹੈਗੀ ਹੈ ਨਾ ਇਹ ਗੁਪਤ ਸੰਧੀ ਦੀਆਂ ਤੈਅਸ਼ੁਦਾ ਗੱਲਾਂ ਨੇ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਉਹਦੀ ਕਹਾਣੀ ਲਿਖੀ ਜਾਂਦੀ ਆ ਡਾਇਲਾਗ ਲਿਖੇ ਜਾਂਦੇ ਆ ਇਹ ਕਹਾਣੀ ਡਾਇਲਾਗ ਲਿਖੇ ਹੋਏ ਆ ਪਹਿਲਾਂ ਇਹ ਸਾਰਾ ਕੁਛ ਉਹ ਲਿਖੇ ਤਹਿਤ ਜਿਹੜੀ ਗੁਪਤ ਸੰਧੀ ਆ ਉਹਦੇ ਤਹਿਤ ਹੋ ਰਿਹਾ ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿੰਦਾ ਇਸ ਐਸ ਆਈ ਟੀ ਦਾ ਕੰਕਲੂਜ਼ਨ ਦੇ ਦਿੰਦਾ ਸਿੱਟਾ ਕੀ ਆਊਗਾ ਮੈਂ ਅੱਜ ਦੱਸ ਦਿੰਦਾ ਉਹਨਾਂ ਦਾ ਹਜੇ ਸਿੱਟਾ ਹੋ ਸਕਦਾ 15-20 ਦਿਨ ਮਹੀਨੇ ਨੂੰ ਆਵੇ ਉਹ ਸਿੱਟਾ ਦੋਸਤੋ ਆਏਗਾ ਬਾਦਲ ਪਰਿਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਇਹਨਾਂ ਨੂੰ ਕਹਿਣਗੇ ਇਹਨਾਂ ਦੀ ਨਗੈਲੀ ਹੈ ਦੋਸ਼ੀ ਗਰਦਾਨਿਆ ਜਾਏਗਾ ਸੁਮੇਧ ਸੈਣੀ 2-3 ਪੁਲਿਸ ਅਫਸਰ ਹੋਰ ਉਹਨਾਂ ਨੂੰ ਫਾਏ ਟੰਗਣਗੇ ਅਸਲ ਦੋਸ਼ੀਆਂ ਨੂੰ ਅਣਗਹਿਲੀ ਦੇ ਖਾਤੇ ਦੇ ਵਿੱਚ ਰੱਖ ਕੇ ਖਾਨਾ ਨੰਬਰ 2 ਦੇ ਵਿੱਚ ਪਾਕ ਸਾਫ਼ ਕਰਨਗੇ ਉਦੋਂ ਬਾਅਦ ਦੇ ਵਿੱਚ ਜਦੋਂ ਅਣਗਹਿਲੀ ਦੀ ਰਿਪੋਰਟ ਐਸ ਆਈ ਟੀ ਨੇ ਛਾਪਤੀ ਨਾ ਵੀ ਬਾਦਲਾਂ ਦੀ ਅਣਗਹਿਲੀ ਸੀ ਸਿਰਫ ਫਿਰ ਇਹ ਜਿਹੜਾ ਲਿਫਾਫਾ ਜਹੇਦਾਰ ਕਾਲ ਤਖ਼ਤ ਵਾਲਾ ਨਵਾਂ ਲਾਇਆ ਇਹ ਉਹਦੇ ਕੋਲ ਜਾਣਗੇ ਬਾਦਲ ਵੀ ਦੇਖੋ ਜੀ ਹੁਣ ਐਸ ਆਈ ਟੀ ਬਣੀ ਸੀ ਐਸ ਆਈ ਟੀ ਨੇ ਸਾਨੂੰ ਅਣਗਹਿਲੀ ਕਹੀ ਆ ਅਸੀਂ ਮੰਨਦੇ ਹਾਂ ਜਾਣੇ ਅਣਜਾਣੇ ਸਾਡੇ ਕੋਲੋਂ ਅਣਗਹਿਲੀ ਹੋ ਗਈ ਗਾਹ ਅਣਗਹਿਲੀ ਨਹੀਂ ਕਰਦੇ ਸਾਨੂੰ ਮਾਫ਼ ਕਰੋ ਫਿਰ ਉਹ ਇਹਨਾਂ ਨੂੰ ਕਿਤੇ ਜੋੜੇ ਜੁੜੇ ਝਾੜਨ ਦੀ ਸਜ਼ਾ ਲਾ ਕੇ ਦੁਬਾਰਾ ਕਹੂਗੇ ਪੁੱਤ ਕੋਈ ਨਹੀਂ ਤੁਹਾਨੂੰ ਫਿਰ ਮੁੱਖ ਮੰਤਰੀ ਪੰਜਾਬ ਦਾ ਬਣਾਉਣਾ ਇਹ ਕੈਪਟਨ ਦਾ ਪਾਰਟ ਹੈਗਾ ਵੀ 5 ਸਾਲ ਮੈਂ ਲਾਉਣਿਆ ਮੈਂ ਤੁਹਾਨੂੰ ਕੁਛ ਨਹੀਂ ਕਹਿਣਾ ਫਿਰ ਅਗਲੇ 5 ਸਾਲ ਮੈਂ ਤੁਹਾਨੂੰ ਲੈ ਕੇ ਆਉਣਾ ਸੱਤਾ ਦੇ ਵਿੱਚ ਫਿਰ ਤੁਸੀਂ ਮੈਨੂੰ ਕੁਛ ਨਹੀਂ ਕਹਿਣਾ ਅਗਲੇ ਇਹ ਕਹਿਣ ਦੀਆਂ ਗੱਲਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਉਦੋਂ ਦਾ ਜਵਾਨ ਹੋਇਆ ਕਰਦਾ ਪਹਿਲਾਂ ਹੌਂਕਣੀ ਚੜ੍ਹਦੀ ਸੀ ਹੁਣ ਤੁਸੀਂ ਦੇਖਿਓ ਹੌਂਕਣੀ ਨਹੀਂ ਚੜ੍ਹਦੀ ਉਹਨੂੰ ਇਹ ਸਤਾ ਇਸ ਕਦਰ ਨਸ਼ੇ ਦੇ ਵਿੱਚ ਆ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਇਹ ਜਿਹੜੀ ਐਸ ਆਈ ਟੀ ਦੀ ਤੁਸੀਂ ਗੱਲ ਕੀਤੀ ਇਹ ਐਸ ਆਈ ਟੀ ਕੁਛ ਨਹੀਂ ਹੈਗਾ ਐਸ ਆਈ ਟੀ ਸਿਰਫ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਯਤਨ ਕੀਤਾ ਗਿਆ ਪਰ ਲੋਕ ਮੂਰਖ ਬਣਨਗੇ ਨਹੀਂ ਕਦੇ ਵੀ ਪਤਾ ਲੋਕਾਂ ਨੂੰ ਸਾਰਾ ਐਸ ਆਈ ਟੀ ਦਾ ਕੰਕਲੂਜ਼ਨ ਸਿੱਟਾ ਰਿਪੋਰਟ ਕੀ ਆਉਣੀ ਮੈਂ ਤੁਹਾਨੂੰ ਦੱਸਤੀ ਇਹ ਰਿਪੋਰਟ ਨਾ ਆਈ ਤਾਂ ਮੇਰੇ ਕੋਲ ਆ ਜਾਵੇ ਸੀ ਯਾਰ ਮੈਂ ਤੁਹਾਨੂੰ ਐਸ ਆਈ ਟੀ ਦਾ ਖੁਲਾਸਾ ਕਰਤਾ ਵੀ ਐਸ ਆਈ ਟੀ ਇਹ ਜਿਹੜਾ ਬਾਲੀਵੁੱਡ ਅਕਸ਼ੇ ਕੁਮਾਰ ਆ ਇਹ ਤਾਂ ਜਿਹੜੀ ਕਹਾਣੀ ਲਿਖੀ ਗਈ ਹੈ ਨਾ ਡਾਇਲੋਗਸ ਲਿਖੇ ਗਏ ਇਹ ਕਹਾਣੀ ਦਾ ਪਾਰਟ ਆ ਜਚਾਉਣ ਵਾਸਤੇ ਹੁਣ ਫਿਲਮ ਆਪਾਂ ਬੜੀ ਟਿਕਟ ਕੀ ਲਾ ਕੇ ਦੇਖਦੇ ਹਾਂ 3 ਘੰਟੇ ਫਿਲਮ ਬੰਨਣਾ ਹੁੰਦਾ ਨਾ ਲੋਕਾਂ ਨੂੰ ਫਿਲਮ ਦੇ ਵਿੱਚ ਵੀ ਲੋਕਾਂ ਦਾ ਇੰਟਰਸਟ ਬਣਿਆ ਰਹੇ ਇਹ ਫਿਲਮ ਹੈਗੀ ਆ ਇਹ ਫਿਲਮ ਤਿਆਰ ਹੋਈ ਆ ਵੀ ਲੋਕ ਇੰਟਰਸਟ ਪੂਰੇ ਸ਼ੌਕ ਦੇ ਨਾਲ ਅੱਖਾਂ ਐਂ ਕਰਕੇ ਦੇਖਣ ਵੀ ਕੀ ਹੋ ਰਿਹਾ ਐਸ ਆਈ ਟੀ ਕੀ ਕਰ ਰਹੀ ਹੈ ਕੁਛ ਨਹੀਂ ਹੈਗਾ एसआईटी का नतीजा रिजल्ट मैं तुम्हें पहला ही देता। जागृति लहर के लिए लुधियाना से सुरेंद्र अरोड़ा सोनी की रिपोर्ट।